ਜੀ ਹਾਲਾ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੰਨੇ ਵੀ ਚੜ੍ਹਦੇ ਪੰਜਾਬ ਦੇ ਰੰਗ ਫੇਸਬੁੱਕ ਪੇਜ ਦੇਖਦੇ ਆ, ਤਾਂ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਓ ਭਲੇ ਲਈ। ਮੈਂ ਜਾ ਰਿਹਾ ਸੀ ਕਿਸੇ ਪਾਸੇ ਰਸਤੇ ਦੇ ਵਿੱਚ ਬਾਈ, ਆ ਤੁਸੀਂ ਦੇਖ ਸਕਦੇ ਹੋ ਹਵਾ ਰੋਡ ਵਾਲੇ ਤਰਫ ਹੋਈ ਵੀ ਹੈ ਨਾ, ਅੱਗ ਲਾਈ ਆ ਕਿਸੇ ਨੇ। ਚਲੋ ਮਜਬੂਰੀ ਅੱਗ ਲਾਉਣਾ, ਆਪਾਂ ਨਹੀਂ ਕਹਿੰਦੇ ਵੀ ਕਿਉਂ ਲਾਈ ਆ, ਗਲਤ ਆ ਕੀ ਆ, ਪਰ ਯਾਰ ਆਹ ਰੋਡ ਦੇ, ਹੁਣ ਆਪਾਂ ਨੂੰ ਪਤਾ ਵੀ ਰੋਡ ਦੇ ਬੰਨੀ ਨੂੰ ਹਵਾ ਆ ਗਈ ਹੈ ਨਾ, ਆਹ ਚੀਜ਼ ਤਾਂ ਯਾਰ ਦੇਖ ਕੇ ਲਾਉਣੀ ਚਾਹੀਦੀ। ਹੁਣ ਮੈਨੂੰ 10 ਮਿੰਟ ਹੋ ਗਏ ਖੜ੍ਹੇ ਨੂੰ, ਨੇ ਜਾਣੀ ਹੈ ਬਾਈ 19-21 ਗੱਲ ਹੋ ਜਾਵੇ, ਅੱਗ ਸੇਕ ਪੈ ਜਾਵੇ, ਬੰਦਾ ਐਕਸੀਡੈਂਟ ਦਾ ਸ਼ਿਕਾਰ ਹੋ ਸਕਦਾ। ਅੱਗੇ ਵੀ ਆਪਾਂ ਦੇਖਦੇ ਹਾਂ ਕਿੰਨੇ ਹਾਦਸੇ ਹੋਏ ਆ, ਹੈ ਨਾ, ਹੁੰਦੇ ਵੀ ਆ। ਅਤੇ ਇੱਕ ਆਪਾਂ ਸਾਰੇ ਭਰਾਵਾਂ ਨੂੰ ਹੋਰ ਆ ਜਿੰਨੇ ਵੀ ਆ, ਆਹ ਦਿਨਾਂ ਦੇ ਵਿੱਚ ਵੀ ਆਪਦੇ ਜਵਾਕਾਂ ਨੂੰ ਬਾਈ ਮੋਟਰਸਾਈਕਲ ਦੇ ਮੂਹਰੇ ਨਾ ਬਹਾਓ ਭਰਾ ਬਣੇ, ਅਤੇ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਉਹਦੇ, ਹੁਣ ਜਿਵੇਂ ਪੂਰੀ ਲਾਟ ਨਿਕਲੀ ਜਾਂਦੀ ਆ ਉੱਥੋਂ, ਜੇ ਕਈ ਵਾਰੀ ਮੋਟਰਸਾਈਕਲ 'ਤੇ ਬੈਠਾ ਤਾਂ ਕੁਛ ਵੀ ਹੋ ਸਕਦਾ ਯਾਰ, ਹੈ ਨਾ। ਅਤੇ ਮਜਬੂਰੀ ਆ, ਠੀਕ ਆ, ਲਾਓ ਅੱਗ, ਆਪਾਂ ਇਹ ਨਹੀਂ ਕਹਿੰਦੇ ਹੈਗੇ, ਕਿਉਂਕਿ ਛੋਟਾ ਕਿਸਾਨ ਕੀ ਕਰੇ, ਚਲ ਵੱਡੇ ਕਿਸਾਨ ਦਾ ਭਾਈ ਆਪਦਾ ਟਰੈਕਟਰ ਵੀ ਆ, ਸਾਧਨ ਵੀ ਆ ਉਹਨਾਂ ਕੋਲ, ਉਹੋ ਜਿਹੇ ਵਹੀਕਲ ਨੇ, ਹੈਪੀ ਸੀਡਰ ਹੋਰ ਉਹ ਬੀਜੀ ਜਾਂਦੇ ਆ, ਜਿਹਦੇ ਕੋਲ 5-7 ਕਿੱਲੇ ਆ ਬਾਈ, ਉਹ ਹੁਣ ਵਿਚਾਰਾ ਟਰੈਕਟਰ ਵੀ ਵੱਡਾ ਲੈਣਾ ਪੈਣਾ ਉਹਦੀ ਖਾਤਰ, ਵੱਡੇ ਸੰਦ ਚਲਾਉਣ ਖਾਤਰ, ਠੀਕ ਆ, ਉਹ ਕਿੱਥੋਂ ਲਿਆਵੇ ਫਿਰ ਵੱਡਾ ਟਰੈਕਟਰ, ਨਾਲ ਸੰਦ ਵੀ ਵੱਡੇ ਚਾਹੀਦੇ, ਉਹਨਾਂ ਦੇ ਪੈਸੇ ਲਾਉਣੇ ਪੈਂਦੇ ਆ, ਫਿਰ ਉਹ ਅੱਗ ਲਾ ਕੇ ਸਸਤਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਛੋਟੇ ਟਰੈਕਟਰ ਨਾਲ ਹੀ ਆਪਦਾ ਕੰਮ ਸਾਰ ਲੈਂਦੇ ਹੈ ਨਾ, ਸਸਤਾ ਸੌਦਾ ਵਾਲੀ ਗੱਲ ਹੋ ਜਾਂਦੀ ਆ, ਉਹਨਾਂ ਦੀ ਮਜਬੂਰੀ ਹੋਈ ਵੀ ਅੱਗ ਲਾਉਣਾ। ਅਤੇ ਸਰਕਾਰਾਂ ਵੀ ਹੁਣ 3-4 ਦਿਨ ਹੋ ਗਏ ਆਪਾਂ ਖਬਰਾਂ ਪੜ੍ਹਨੇ, ਅਖਬਾਰ ਦੇ ਪ੍ਰਦੂਸ਼ਣ ਹੋ ਗਿਆ, ਪ੍ਰਦੂਸ਼ਣ ਇਹ ਸਿਰਫ 5-7 ਦਿਨ ਦਾ ਪ੍ਰਦੂਸ਼ਣ ਹੈ, ਉਹ ਵੀ ਮਜਬੂਰੀ ਕਰਕੇ, ਜੇ ਆਪਾਂ ਕਹਿ ਦਈਏ ਸਾਰੇ ਕਿਸਾਨ ਅੱਗ ਲਾਉਂਦੇ ਆ, ਸਾਰੇ ਨਹੀਂ ਲਾਉਂਦੇ ਹੈਗੇ, ਠੀਕ ਆ, ਕੁਛ ਪਰਸੈਂਟ ਨੂੰ ਲਾਉਣੀ ਪੈਂਦੀ ਆ ਉਹ, ਕਿਉਂਕਿ ਉਹਨਾਂ ਦੀ ਮਜਬੂਰੀ ਆ, ਗਰੀਬੀ ਹੋਈ ਇੰਨੀ ਕਾ, ਹਜੇ ਕਿਸਾਨ ਸਹਿਕਦਾ ਵਾਲੀ ਗੱਲ ਆ, ਇਹ ਤਾਂ ਹੁਣ ਜਮਾਂ ਹੀ ਗਲ ਘੁੱਟਣ ਵਾਲੀਆਂ ਗੱਲਾਂ ਕਰਦੇ ਆ, ਅਤੇ ਵੀ ਕਿਸਾਨ ਸਹਿਕਦਾ ਕਿਉਂ ਆ, ਮਰਿਆ ਕਿਉਂ ਨਹੀਂ, ਉਹ ਗੱਲ ਆ, ਅਤੇ ਵੀ ਇਹਦੇ 'ਤੇ ਕਿਉਂ ਉਂਗਲਾਂ ਉੱਠਦੀਆਂ ਨਾ, ਕਿਸਾਨ ਵਿਚਾਰਾ ਜਾਵੇ ਕਿੱਥੇ ਯਾਰ, ਗੱਲ ਤਾਂ ਇਹਦੀ। ਹੁਣ 5-7 ਦਿਨਾਂ ਦਾ ਜਿਹੜਾ ਫੈਕਟਰੀਆਂ ਐਡੀਆਂ ਨੇ, ਫੈਕਟਰੀਆਂ ਧਰਤੀ ਦੇ ਵਿੱਚ ਪਾਣੀ ਗਰਕ ਹੋਈ ਜਾਂਦਾ, ਕੈਮੀਕਲ ਵਾਲਾ ਗੰਦਾ ਪਾਣੀ ਅੰਦਰ, ਸਭ ਨੂੰ ਪਤਾ, ਰਾਜਨੀਤਿਕ ਲੀਡਰਾਂ ਨੂੰ ਵੀ ਪਤਾ, ਜਿੰਨੇ ਵੀ ਸਾਇੰਟਿਸਟ ਨੇ ਉਹਨਾਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਠੀਕ ਆ, 4 ਕੁ ਦਿਨ ਦਾ ਰੌਲਾ ਪੈਂਦਾ ਜਦੋਂ ਅੱਖ 'ਚ ਡੱਕਾ ਵੱਜ ਜਾਂਦਾ, ਨਾ ਤਾਂ ਕੋਈ ਲੀਡਰ ਬੋਲਦਾ, ਨਾ ਕੋਈ ਪ੍ਰਸ਼ਾਸਨ ਵਾਲਾ ਗੱਲ ਕਰਦਾ, ਮੁੜ ਕੇ ਇਹਨਾਂ ਨੂੰ ਪਾਣੀ ਵੀ ਦਿਖਣੋਂ ਹਟ ਜਾਂਦਾ, ਅਤੇ ਫੈਕਟਰੀਆਂ ਦਾ ਜਿਹੜਾ ਗੰਦ ਮੰਦ ਦਾ ਧੂੰਆਂ ਉਹ ਵੀ ਦਿਸਣੋਂ ਹਟ ਜਾਂਦਾ, ਉਹ ਤਾਂ ਸਾਰਾ ਸਾਲ ਗੰਦ ਪਾਉਂਦੀਆਂ ਨੇ, ਅਤੇ ਕਿਸਾਨ ਸਿਰਫ 5-7 ਦਿਨ, ਉਹ ਵੀ ਮਜਬੂਰੀ ਕਰਕੇ, ਸਾਰੀ ਹੁਣ ਦੁਨੀਆ ਦਾ ਢਿੱਡ ਭਰਦਾ ਯਾਰ ਕਿਸਾਨ, ਅਤੇ ਜੇ ਉਹ 5-7 ਦਿਨ ਖਿਆਈ ਆ, ਉਹਦੀ ਵੀ ਮਜਬੂਰੀ ਆ, ਜਵਾਕ ਤਾਂ ਉਹਨਾਂ ਦੀ ਵੀ ਨਹੀਂ, ਇਹ ਤਾਂ ਹੈ ਨਹੀਂ ਵੀ ਉਹ ਜਾ ਕੇ ਮੰਗਲ ਗ੍ਰਹਿ 'ਤੇ ਰਹਿਣ ਲੱਗ ਜਾਂਦਾ ਅੱਗ ਲਾ ਕੇ, ਉਹ ਵੀ ਤਾਂ ਇੱਥੇ ਹੀ ਰਹਿੰਦਾ, ਇਹੀ ਸਾਹ ਉਹ ਲੈਂਦਾ, ਇਹੀ ਸਾਹ ਦੁਨੀਆ ਲੈਂਦੀ ਆ, ਅੱਗ ਲਾਉਣਾ ਮਜਬੂਰੀ ਹੋਈ ਵੀ ਆ। ਪਰ ਇੱਕ ਤਾਂ ਆਹ ਸਾਰੇ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਕਹਿਣਾ ਵੀ ਰੋਡ ਦੇਖ ਕੇ ਅੱਗ ਲਾਇਆ ਕਰੋ ਜ਼ਿਆਦਾਤਰ ਜੇ ਲਾਉਣੀ ਆ, ਦੂਜਾ ਸਰਕਾਰ ਨੂੰ ਵੀ ਆ ਵੀ ਜੇ ਤੁਸੀਂ ਕਿਸਾਨਾਂ ਦੇ ਗਲ ਘੁੱਟਣ ਨੂੰ ਫਿਰਦੇ, ਫੈਕਟਰੀ ਵਾਲਿਆਂ ਦੇ ਵੀ ਗਲ ਘੁੱਟੋ, ਠੀਕ ਆ, ਜਿਹੜੇ ਸਕਰੈਪ ਨੂੰ ਅੱਗ ਲਾ ਕੇ ਕਹਿ ਦਿੰਦੇ ਆ ਜੀ ਸਾਡਾ ਤਾਂ ਕਰੋੜਾਂ ਦਾ ਨੁਕਸਾਨ ਹੋ ਗਿਆ, ਅਤੇ ਛਾਣਬੀਨ ਵੀ ਨਹੀਂ ਹੁੰਦੀ, ਕਿਉਂ, ਅੱਖ 'ਚ ਡੱਕੇ ਸਭ ਦੇ ਵੱਜ ਜਾਂਦੇ, ਹਿੱਸੇ ਪੱਤੀਆਂ ਸਭ ਨੂੰ ਮਿਲ ਜਾਂਦਾ, ਅਤੇ ਉਹ ਸਕਰੈਪ ਹੀ ਉਹਨਾਂ ਦਾ 1 ਨੰਬਰ ਦਾ ਮਾਲ ਬਣ ਜਾਂਦਾ, ਅਤੇ ਫੈਕਟਰੀਆਂ ਦੇ ਵਿੱਚ ਇਕੱਲੀ ਇਕੱਲੀ ਫੈਕਟਰੀ ਦੇ ਜਾਂਚ ਹੋਵੇ ਨਾ, ਧਰਤੀ ਦੇ ਵਿੱਚ ਬੋਰ ਕਰ ਕਰਕੇ ਪਾਣੀ ਅੰਦਰੀ ਗਰਕ ਹੁੰਦਾ ਸਾਰੀਆਂ ਫੈਕਟਰੀਆਂ ਦਾ, ਅਤੇ ਇਹੋ ਜਿਹੇ ਕੈਮੀਕਲ ਵਰਤਦੇ ਆ ਜਿਹੜੇ ਕੈਮੀਕਲ ਬੈਨ ਹੋਏ ਵੇ ਆ, ਵੀ ਆ ਵਰਤ ਹੀ ਨਹੀਂ ਸਕਦੇ ਆਪਾਂ। ਅਤੇ ਫਿਰ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਵੀਡੀਓ ਸ਼ੇਅਰ ਕਰੋ ਭਲੇ ਲਈ, ਵੀ ਕਿਸੇ ਦਾ ਜਵਾਕ ਜਾਂ ਕੋਈ ਹੋਰ ਆ ਦਿਨਾਂ ਦੇ ਵਿੱਚ 5-7 ਦਿਨ ਨੇ ਅਖਿਆਈ ਦੇ, ਕੱਟ ਲਓ, ਵੀ ਕਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਕਿਸੇ ਦਾ ਜਵਾਕ ਮੂਹਰੇ ਬੈਠਾ ਮੋਟਰਸਾਈਕਲ ਦੇ, ਅਤੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਆ ਵੀ ਰੋਡ ਦੇ ਉੱਤੇ ਜਿਹੜੀ ਅੱਗ ਆ ਹਵਾ ਨੂੰ ਦੇਖ ਕੇ ਲਾਇਆ ਕਰੋ, ਮਜਬੂਰੀ ਮੰਨਦੇ ਹਾਂ ਹੈਗੀ ਆ, ਪਰ ਆਪਦਾ ਥੋੜ੍ਹਾ ਜਿਹਾ ਧਿਆਨ ਵੀ ਰੱਖੋ ਬਾਈ, ਨੁਕਸਾਨ ਹੋ ਜਾਂਦਾ ਬਾਅਦ 'ਚ ਵੇਲਾ ਹੱਥ ਨਹੀਂ ਆਉਂਦਾ, ਹੈ ਨਾ।